ਦੋਸਤੋ ਇਸ ਵਕਤ ਅਸੀਂ ਹਲਕਾ ਪਲੱਥ ਦਾ ਜਿਹੜਾ ਸਾਡਾ ਬੰਨਾ ਮਲਕ ਪਿੰਡ ਆ ਮੰਡ ਦਰਿਆ ਬਿਆਸ ਦੀ ਤੁਸੀਂ ਬੰਨ ਦੇ ਉੱਤੇ ਤੁਸੀਂ ਸਾਰੇ ਦੇਖ ਸਕਦੇ ਹੋ ਸੰਗਤਾਂ ਖੜੀਆਂ ਨੇ ਪਿੰਡ ਦੀਆਂ ਸਭ ਤੋਂ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਗੱਲ ਕਰਾਂ ਪਹਿਲਾਂ ਤਾਂ ਇੱਥੇ ਸਾਡੇ ਖੇੜਾ ਬੇਟ ਸਾਡਾ ਬਹੁਤ ਸਤਿਕਾਰਯੋਗ ਗੁਰਦੁਆਰਾ ਸਾਹਿਬ ਉੱਥੇ ਮਹਾਤਮਾ ਮੂਨੀ ਜੀ ਨੇ ਆ ਸਾਰੇ ਪਿੰਡ ਵਾਲੇ ਨਗਰ ਨਿਵਾਸੀਆਂ ਨੇ ਦੱਸਿਆ ਵਾ ਕਿ ਕੱਲ ਸਵੇਰ ਤੋਂ ਬਾਬਾ ਜੀ ਨੇ ਆਪਣੇ ਨਾਲ 100 ਮੁੰਡਾ ਲੈ ਕੇ ਔਰ ਟਰੈਕਟਰ ਟਰਾਲੀਆਂ ਲੈ ਕੇ ਤੇ ਨਾਲ ਜੀਸੀਬੀ ਲੈ ਕੇ ਆਪ ਪੁਆਇੰਟ ਤੁਸੀਂ ਦੇਖੋ ਅਗਰ ਇਹ ਆਪ ਬੰਨ ਦਾ ਪਾਣੀ ਕਿੰਨਾ ਨੇੜੇ ਆਇਆ ਹੋਇਆ ਮੇਰੇ ਖਿਆਲ ਇਥੋਂ ਕੇਵਲ ਤੇ ਕੇਵਲ 3 ਫੁੱਟ ਦਾ ਫਰਕ ਰਹਿ ਗਿਆ ਆ ਸਾਰਾ ਬੰਨ ਜਿਹੜਾ ਉਹਨਾਂ ਨੇ ਆਪ ਉਹਨਾਂ ਨੇ ਨਾਲ ਇਹਨਾਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜਿਹੜਾ ਬੰਨ ਹੈ ਉਹਨਾਂ ਨੇ ਸੇਵਾ ਕੀਤੀ ਕੱਲੇ ਇੱਥੇ ਨਹੀਂ ਕੀਤੀ ਢਿਲਵਾ ਦੇ ਪੁਲ ਤੋਂ ਲੈ ਕੇ ਕਿਸ਼ਨ ਸਿੰਘ ਵਾਲੇ ਤੱਕ ਸਾਰਾ ਰਾਤ ਆਪ ਉਹ ਕੱਲ ਲਗਾਤਾਰ ਚੱਲ ਰਹੇ ਨੇ ਸੰਗਤਾਂ ਦੇ ਸਹਿਯੋਗ ਨਾਲ ਇਦਾਂ ਦੇ ਕਿੰਨੇ ਵੀਕ ਪੁਆਇੰਟ ਸੀਗੇ ਔਰ ਮੈਂ ਦੱਸਣਾ ਚਾਹਉਨਾ ਕਿ ਹੜ੍ਹ ਜਿਹੜੇ ਪੰਜਾਬ ਦੇ ਵਿੱਚ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਨਾ ਉਹ ਜਦੋਂ ਦਰਿਆਵਾਂ ਦੇ ਬੰਨ ਟੁੱਟਦੇ ਨੇ ਉਹਦੇ ਕਰਕੇ ਸਰਦੂਲਗੜ੍ਹ ਵਿੱਚ ਮੂਣਕ ਵਿੱਚ ਜਿਹੜਾ ਪਟਿਆਲੇ ਦੇ ਵਿੱਚ ਇਹ ਸਾਰਾ ਜਿਹੜਾ ਜਦੋਂ ਘੱਗਰ ਦੇ ਜਾਂ ਕਿਸੇ ਵੀ ਦਰਿਆ ਦਾ ਜਦੋਂ ਬੰਨ ਟੁੱਟ ਜਾਂਦਾ ਜੇ ਅਗਰ ਫਰਜ਼ ਕਰੋ ਆ ਟੁੱਟ ਜਾਂਦਾ ਆ ਸਾਡੇ ਲਾਗੇ ਜਿਹੜੇ 25-30 ਪਿੰਡ ਨੇ ਇਹ ਸਾਰੇ ਉਹਦੇ ਹੀ ਰੁੜ ਜਾਣੇ ਸੀਗੇ ਤੇ ਘਰਾਂ ਤੱਕ ਪਾਣੀ ਪਹੁੰਚ ਜਾਣਾ ਸੀਗਾ ਸੋ ਪੰਜਾਬ ਦੇ ਵਿੱਚ بارش ਦੇ ਪਾਣੀ ਦੇ ਨੁਕਸਾਨ ਨਹੀਂ ਹੋਇਆ ਜਿਹੜਾ ਪਹਾੜਾਂ ਚੋਂ ਡੈਮਸ ਨੇ ਪਾਣੀ ਛੱਡਿਆ ਜਿੱਦਾਂ ਹੁਣ ਸਾਡੇ ਦਰਿਆ ਬਿਆਸ ਵਿੱਚ ਛੱਡਿਆ ਪੋਂਗ ਡੈਮ ਤੋਂ 2.5 ਲੱਖ ਤੋਂ ਉੱਤੇ ਕਿਊਸਿਕ ਪਾਣੀ ਛੱਡਿਆ ਉਹ ਸਾਰਾ ਪਾਣੀ ਜਿਹੜਾ ਵਾ ਉਹ ਅਗਰ ਬੰਨ ਮਜ਼ਬੂਤ ਨੇ ਤੇ ਉਹ ਠੀਕ ਜਿਹਾ ਢਿਲਮਾਂ ਤੋਂ ਪਿੱਛੇ ਅਸੀਂ ਬੇਗੋਵਾਲ ਤੱਕ ਕੋਈ ਤਕਰੀਬਨ 28-30 ਕਿਲੋਮੀਟਰ ਪੂਰੀ ਪੱਕੀ ਸੜਕ ਬਣ ਗਈ ਉਹਦੇ ਨਾਲ ਬੰਨ ਜਿਹੜਾ ਸੀਗਾ ਉਹ 4-4 5-5 ਫੁੱਟ ਮਜ਼ਬੂਤ ਹੋ ਗਿਆ ਤਿਲਵਾ ਤੋਂ ਅੱਗੇ ਕਿਸ਼ਨ ਸਿੰਘ ਵਾਲੇ ਤੱਕ ਕੇਵਲ 11 ਕਿਲੋਮੀਟਰ ਸੜਕ ਜਿਹੜੀ ਰਹਿੰਦੀ ਉਹ ਨੈਕਸ ਸਾਡਾ ਪ੍ਰੋਜੈਕਟ ਹੋਊਗਾ ਕੋਸ਼ਿਸ਼ ਕਰਾਂਗੇ ਕਿ ਉਹ ਸੜਕ ਜਲਦੀ ਤੋਂ ਜਲਦੀ ਬਣੇ ਜੇ ਬੰਨ ਮਜ਼ਬੂਤ ਆ ਤਾਂ ਪਿੰਡ ਠੀਕ ਆ ਅੰਦਰ ਤਾਂ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਲੱਖਾਂ ਏਕੜ ਫਸਲ ਜਿਹੜੀ ਕਮਾਦ ਝੋਨਾ ਆਦ ਮੱਕੀ ਸਭ ਕੁਝ ਰੁੜ ਗਿਆ ਵਾ ਇਦਾਂ ਤੱਕ ਅਸੀਂ ਜਿਹੜਾ ਪਰਪਾਈ ਹੋ ਹੀ ਨਹੀਂ ਸਕਦੀ ਪਰ ਜੇ ਬੰਨ ਮਜ਼ਬੂਤ ਰਹਿਣ ਤੇ ਘੱਟੋ ਘੱਟ ਪਿੰਡ ਬਚੇ ਰਹਿੰਦੇ ਨੇ ਔਰ ਇਦਾਂ ਦੇ ਬੰਨ ਸਾਡੇ ਜਿਹੜੇ ਨੇ 100 ਜਗ੍ਹਾ ਤੋਂ ਟੁੱਟੇ ਪੰਜਾਬ ਦੇ ਵਿੱਚ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਜਾਨੀ ਮਨਲੀ ਤੇ ਪਸ਼ੂਆਂ ਦਾ ਹੋਇਆ ਵਾ ਤੇ ਭਗਵੰਤ ਮਾਨ ਨੂੰ ਮੈਂ ਰੋਜ਼ ਸੁਣਦਾ ਰਹਿਣਾ ਅਸੀਂ ਬੱਕਰੀਆਂ ਦੇ ਦੇਣੇ ਮੁਰਗੀਆਂ ਦੇ ਦੇਣੇ ਭੇਡਾਂ ਦੇ ਦੇਣੇ ਕੱਦੂ ਦੇ ਦੇਣੇ ਉਹ ਕਿਦੋਂ ਦੇਣੇ ਆ ਅੱਜ ਲੋੜ ਹੈ ਲੋਕਾਂ ਨੂੰ ਅੱਜ ਉਹਨਾਂ ਦੇ ਕੋਲ ਰਾਸ਼ਨ ਨਹੀਂ ਹੈ ਅੱਜ ਲੋਕਾਂ ਦੇ ਕੋਲ ਪਿੰਡਾਂ ਦੇ ਵਿੱਚ ਤੂੜੀ ਦਾ ਬੰਦੋਬਸ ਨਹੀਂਗਾ ਪੱਠੇ ਦਿੱਤੇ ਦਾ ਬੰਦੋਬਸ ਨਹੀਂਗਾ ਸੋ ਸਰਕਾਰ ਨੂੰ ਚਾਹੀਦਾ ਵਾ ਕਿ ਉਹ ਤੁਰੰਤ ਇਸ ਦਾ ਮਤਲਬ ਮੈਂ ਆ ਪਿਛਲੇ ਮੰਡ ਸੰਗੋਜਰੇ ਤੋਂ ਸ਼ੁਰੂ ਕੀਤਾ ਕਿਤੇ ਐਡਮਿਨਿਸਟ੍ਰੇਸ਼ਨ ਨਹੀਂ ਪਹੁੰਚੀ ਚਲੋ ਅੱਜ ਸਵੇਰੇ ਡੀਸੀ ਸਾਹਿਬ ਨਾਲ ਗੱਲ ਕੀਤੀ ਹੁਣ ਐਸਡੀਐਮ ਨੂੰ ਕਿਹਾ ਕਿ ਆਉਣਗੇ ਆ ਜਿਹੜੇ ਪੁਆਇੰਟ ਆ ਅਗਰ ਹੁਣ ਵੀ ਇਹਨਾਂ ਨੂੰ ਸਟਰੈਂਥਨ ਨਾ ਕੀਤਾ ਇਹ ਸਾਰਾ ਬਹੁਤ ਵੱਡਾ ਨੁਕਸਾਨ ਦਰਿਆ ਬਿਆਸ ਸਾਡੇ ਕਰ ਸਕਦਾ ਵਾ ਔਰ ਅੱਗੇ ਮੈਂ ਕੱਲ ਵੀ ਐਡ ਕੀਤਾ ਮੈਂ ਦੁਬਾਰਾ ਐਡ ਕਰ ਦਿੰਦਾ ਸਾਡੇ ਦਰਿਆ ਬਿਆਸ ਚੋਂ ਇੱਕ ਬਹੁਤ ਵੱਡਾ ਹਾਈਵੇ ਲੰਘਦਾ ਵਾ ਨਵਾਂ ਬਣ ਰਿਹਾ ਜੰਮੂ ਕਟੜਾ ਉਹ ਐਡਾ ਨਲਾਇਕ ਡਿਜ਼ਾਈਨ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕਿ ਕੰਧ ਬਣਾਤੀ ਦਰਿਆ ਦੇ ਵਿੱਚ ਕੰਧ ਮਿੱਟੀ ਵਾਲਾ ਪੁਲ ਬਣਾ ਰਹੇ ਨੇ ਜਦ ਜਿਹੜੇ ਸਾਡੇ ਨੈਸ਼ਨਲ ਹਾਈਵੇ ਥੌਰੀਟੀਆਂ ਦੇ ਜਿਹੜੇ ਇੱਥੇ ਰੀਜਨਲ ਮੈਨੇਜਰ ਨੇ ਚੰਡੀਗੜ੍ਹ ਔਰ ਜਿਹੜੇ ਇਸ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਗੱਲ ਟੇਕ ਅਪ ਕੀਤੀ ਗੱਡਗਰੀ ਸਾਹਿਬ ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖੀ ਆ ਕਿ ਇਹ ਸਾਰਾ ਰੀਡਿਜ਼ਾਈਨ ਕਰੋ ਜੰਮੂ ਕਟੜੇ ਐਕਸਪ੍ਰੈਸ ਵੇ ਨੇ ਇੱਕ ਬਲਾਕ ਲਾਤਾ ਇੱਕ ਦੀਵਾਰ ਲਾਤੀ ਦਰਿਆ ਦੇ ਵਿੱਚ ਜਿਹਦੇ ਕਰਕੇ ਤੁਸੀਂ ਟੁੱਟ ਸਕਦੀ ਆ ਨੰਗਲ ਲਵਾਣਾ ਮੰਡਕੁਲਾ ਬੇਗੋਵਾਲ ਬੱਲੋਚਕ ਮਗਰਲੇ ਪਿੰਡ ਟਾਂਡੇ ਦੇ ਜਿਹੜੇ ਨੇ ਉਮੀਦ ਕਰਦਾ ਕਿ ਸਰਕਾਰਾਂ ਜਾਗਣਗੀਆਂ ਔਰ ਜਲਦੀ ਤੋਂ ਜਲਦੀ ਲੋਕਾਂ ਦੀ ਮਦਦ ਕਰਨਗੇ ਇੱਕ ਵਾਰ ਫਿਰ ਮੈਂ ਸੰਗਤਾਂ ਦਾ ਸ ਔਰ ਬਾਬਾ ਜੀ ਦਾ ਵਿਸ਼ੇਸ਼ ਤੌਰ ਤੇ ਖੇੜਾ ਬੇਟ ਦੇ ਸਤਿਕਾਰਯੋਗ ਬਾਬਾ ਮਹਾਤਮਾ ਮੂਨੀ ਜੀ ਦਾ ਧੰਨਵਾਦ ਕਰਦਾ ਉਹ ਇਦਾਂ ਜਿੰਦੇ ਵਾਸਤੇ ਰਹਿਣ ਤੇ ਲੋਕਾਂ ਦੀ ਮਦਦ ਕਰਦੇ ਰਹਿਣ ਇਹ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਹੁੰਦਾ ਉਹ ਇਦਾਂ ਆਪ ਮੁਹਾਰੇ ਪੰਜਾਬੀਆਂ ਨੇ ਵੈਸੇ ਵੀ ਬਹੁਤ ਸਪਿਰਿਟ ਦਿਖਾਈ ਜਿੰਨਾ ਪੰਜਾਬ 'ਚ ਭਾਰੀ ਨੁਕਸਾਨ ਹੋਇਆ ਉਹ ਆਪ ਮੁਹਾਰੇ ਲੋਕਾਂ ਨੇ ਇੱਕ ਦੂਜੇ ਦੀ ਮਦਦ ਕਰਕੇ ਜਿਹੜਾ ਕੀਤਾ ਉਹਨਾਂ ਸਾਰਿਆਂ ਦਾ ਵੀ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਧੰਵਾਦ